ਪਿਆਰਿਓ ਮੇਲੇ ਚ ਆਏ ਹੋ ਤੇ ਤਾੜੀ ਕੌਣ ਮਾਰੂਗਾ ਉਹਦੇ ਨਾਂ ਤੇ? ਤੁਹਾਨੂੰ ਪਤਾ ਰਾਜੀ ਹੋ ਗਿਆ ਤੁਹਾਡੇ ਤੇ ਉਹ ਕਹਿੰਦੇ ਗੂੰਗੇ ਦੀਆਂ ਰਮਜਾਂ ਗੂੰਗਾ ਜਾਣੇ ਤੇ ਚੋਰ ਦੀਆਂ ਰਮਜਾਂ ਚੋਰ। ਗੂੰਗੇ ਦੀਆਂ ਰਮਜਾਂ ਗੂੰਗਾ ਜਾਣੇ ਤੇ ਚੋਰ ਦੀਆਂ ਰਮਜਾਂ ਚੋਰ। ਸਾਧ ਦੀ ਰਮਜ ਸਾਧ ਪਛਾਣੇ, ਚਾਹੀਦਾ ਕੀ ਹੋਰ? ਔਰ ਰਾਜੀ ਹੋ ਗਿਆ ਨਫ਼ਰਤ ਦੇ ਰੁੱਖ ਲਾਉਣ ਵਾਲਿਓ, ਨਫ਼ਰਤ ਦੇ ਰੁੱਖ ਲਾਉਣ ਵਾਲਿਓ, ਚੱਕਰਾਂ ਦੇ ਵਿੱਚ ਪਾਉਣ ਵਾਲਿਓ, ਸੌ ਦੀ ਇੱਕ ਸੁਣਾਵਾ, ਸੌ ਦੀ ਇੱਕ ਸੁਣਾਵਾ, ਹੋਲੀ ਵੇਖਣ ਵਾਲੀ ਰੱਖ ਨਹੀਂ, ਗੁਰੂ ਰਵਿਦਾਸ ਦੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ, ਰਵਿਦਾਸ ਦੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ, ਜਿਹਨਾਂ ਨੇ ਪੱਗਾਂ ਬੰਨੀਆਂ ਗੋਰੀ ਹੱਥ ਧੰਨ ਧੰਨ ਸ਼੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਆਸ਼ਕ ਨੇ, ਇੱਕ ਵਾਰੀ ਹੱਥ ਖੜੇ ਕਰੋ, ਤੁਹਾਨੂੰ ਗੱਲ ਦੱਸੀ ਬੜੇ ਕੰਮ ਦੀ। ਆ ਪੱਗਾਂ ਬੰਨੀਆਂ ਨੇ ਮੇਰੇ ਬਜ਼ੁਰਗਾਂ ਨੇ, ਸਾਨੂੰ ਕੋਈ ਐਂ ਨਾ ਗਿਣ ਦੇਵੇ ਵੀ ਇਹ ਕੋਈ 5-7 ਮੀਟਰ ਦਾ ਕੱਪੜਾ ਲੈ ਲਿਆ ਤੇ ਲਪੇਟ ਲਿਆ ਤੇ ਬਣ ਗਈ। ਸਰਦਾਰ ਜੀ ਕੱਲਾ ਸਰਦਾਰ ਵੀ ਹੋ ਸਕਦਾ ਸੀ, ਤੁਸੀਂ ਗੱਲ ਨੋਟ ਕੀਤੀ ਆ ਕਦੇ? ਸਾਡੇ ਵਰਗੇ ਨੂੰ ਲੋਕ ਆਵਾਜ਼ ਮਾਰਦੇ ਹੋਏ ਦੱਸਣੀ ਕਹਿੰਦੇ ਜੀ ਭਰਾ, ਤੇ ਜਿਹਦੇ ਸਿਰ ਤੇ ਪੱਗ ਹੋਵੇ ਹਰ ਬੰਦਾ ਕਹਿੰਦਾ ਸਰਦਾਰ ਜੀ। ਗੱਲ ਸੁਣ, ਹੁਣ ਸਰਦਾਰ ਜੀ ਸ਼ਬਦ ਹੈ ਕੀ, ਆਇਆ ਕਿੱਥੋਂ? ਸੱਸਾ ਇੱਕ, ਰਾਰਾ ਦੋ, ਦੱਦਾ ਤਿੰਨ, ਕੰਨਾ ਚਾਰ, ਰਾਰਾ ਪੰਜ, ਚੱਚਾ ਛੇ, ਪਿਆਰੀ ਸੱਤ। ਚਾਰ ਪੁੱਤ ਵਾਲੇ ਪੰਜ ਦੀ ਮਾਂ ਵਾਲੀ, ਆਸ਼ਰਾ ਬਾਪ ਵਾਲਿਆ ਤੇ ਸਤਮਾ ਆਪ ਵਾਲਿਆ। ਸਰਦਾਰ ਜੀ ਸ਼ਬਦ ਲਿਖਦੇ ਆ ਨਾ, ਉਹਦੇ ਵਿੱਚ ਕੰਨਾ ਆਉਂਦਾ, ਛੋਟੇ ਦਾ ਕੰਨਾ, ਦੱਦੇ ਦੇ ਪਿੱਛੇ, ਦੱਦੇ ਦਾ ਮਤਲਬ ਦਸਮ ਪਿਤਾ, ਉਹਦੇ ਪਿੱਛੇ ਕੰਨਾ ਆਉਂਦਾ, ਪਤਾ ਕੌਣ ਹੈ? ਦੱਸੂਗਾ ਕੋਈ ਉੱਠ ਕੇ? ਧੰਨ ਧੰਨ ਬਾਬਾ ਫਤਿਹ ਸਿੰਘ ਮਹਾਰਾਜ, ਧੰਨ ਧੰਨ ਬਾਬਾ ਫਤਿਹ ਸਿੰਘ ਮਹਾਰਾਜ। ਅਗਰ ਤੁਸੀਂ ਸਰਦਾਰ ਸ਼ਬਦ ਚੋਂ ਕੰਨਾ ਕੱਢ ਦਿਓ, ਕੱਢ ਦਿਓ, ਕੀ ਬਣਿਆ? ਸਰਦਰ, ਸਰਦਰ ਸਰਦਾ ਦਾ ਮਤਲਬ ਕੀ ਹੁੰਦਾ? ਜਮਾ ਖਾਲੀ। ਸਰਦਾ ਦਾ ਮਤਲਬ ਜਮਾ ਖਾਲੀ, ਤੇ ਉਹਦੇ ਵਿੱਚ ਕੰਨਾ ਪਾ ਦਿਓ, ਯਾਨੀ ਕਿ ਧੰਨ ਧੰਨ ਬਾਬਾ ਫਤਿਹ ਸਿੰਘ ਛੋਟੇ ਸਾਹਿਬ ਜਾਂਦੇ।
ਇਕਰਾਰ ਜੇ ਸ਼ਬਦ ਪੂਰਾ ਨਹੀਂ ਹੁੰਦਾ। ਇੱਕ ਵਾਰੀ ਤਾੜੀ ਮਾਰੋ ਨਾ ਯੋਧਿਆਂ ਦੇ ਨਾਂ ਤੇ।